ਕਿ ਤੁਸੀਂ ਸਾਰਾ ਕੁਛ ਸਾਡੇ ਪ੍ਰਧਾਨ ਜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਕੋਲੋਂ ਸੁਣ ਚੁੱਕੇ ਹੋ ਅਤੇ ਤਲਵੰਡੀ ਸਾਹਿਬ ਨੇ ਵੀ ਤੁਹਾਨੂੰ ਸਾਰੀਆਂ ਹੀ ਸਫਾਂ ਤੋਂ ਗੱਲ ਜਿਹੜੀ ਆ ਯਾਦ ਕਰਾਈ ਆ, ਕਿਉਂਕਿ ਅਸੀਂ ਜਿਹੜੇ ਖਾਨਦਾਨੀ ਅਕਾਲੀ ਹਾਂ, ਜਿਨ੍ਹਾਂ ਦੇ ਬਜ਼ੁਰਗਾਂ ਦੇ ਕੰਢਿਆਂ ਦੇ ਉੱਤੇ ਮੋਢਿਆਂ ਦੇ ਉੱਤੇ ਅਕਾਲੀ ਦਲ ਨੇ ਉਸਾਰੀ ਹੋਈ ਸੀ, ਸਾਡੇ ਬਾਬੇ ਦਾਦੇ ਪੜਦਾਦਿਆਂ ਨੇ ਸਾਡਿਆਂ ਨੇ ਜੇਲ੍ਹਾਂ ਕੱਟੀਆਂ, ਸਰਦਾਰ ਸੋਹਣ ਸਿੰਘ ਨੇ ਜੇਲ੍ਹ ਕੱਟੀ, ਮੇਰੇ ਪਿਤਾ ਫਾਦਰ ਮੇਰੇ ਨੇ ਜੇਲ੍ਹਾਂ ਕੱਟੀਆਂ, ਸਰਦਾਰ ਫੌਜਾ ਸਿੰਘ ਨੇ ਅਸੀਂ ਜੇਲ੍ਹਾਂ ਕੱਟੀਆਂ। ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪਤਾ ਵੀ ਮੈਂ ਕਿੰਨੀ ਵਾਰੀ, ਮਤਲਬ ਮੈਂ ਅਕਾਲੀ ਦਲ ਦੇ ਵਿੱਚ ਕਿੰਨੀ ਵਾਰੀ ਮੈਨੂੰ ਸੁਖਬੀਰ ਬਾਦਲ ਨੇ ਜੇਲ੍ਹ ਭੇਜਿਆ, ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ। ਇਸ ਕਰਕੇ ਕਿ ਜਿਹੜੀ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੇ ਸਾਡੇ ਪਿਓ ਦੇ ਨਹੀਂ ਬਣੇ, ਉਹ ਸਾਡੇ ਕਿੱਥੋਂ ਬਣਨਗੇ। ਸਭ ਤੋਂ ਵੱਡਾ ਸਾਨੂੰ ਦੁੱਖ ਹੈ ਕਿ ਪੰਥਕ ਸਰਕਾਰ ਹੁੰਦਿਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਦਾ ਪਾਵਨ ਪਵਿੱਤਰ ਸਰੂਪ ਚੋਰੀ ਹੋ ਜਾਣਾ, ਔਰ ਡਕੇ ਦੇ ਉਹਨਾਂ ਨੇ ਚੋਰਾਂ ਨੇ ਡਕੇ ਦੇ ਉੱਤੇ ਇਸ਼ਤਿਹਾਰ ਲਾ ਦੇਣੇ, ਲਲਕਾਰ ਕੇ ਸਾਡੇ ਉਹਨਾਂ ਨੇ ਕਹਿਣਾ ਤੁਹਾਡਾ ਪਿਓ ਅਸੀਂ ਚੋਰੀ ਕਰ ਲਿਆ, ਤੁਹਾਡਾ ਗੁਰੂ ਚੋਰੀ ਕਰ ਲਿਆ, ਅਤੇ ਤੁਸੀਂ ਮਤਲਬ ਲੱਭ ਕੇ ਦਿਖਾਓ। ਇੱਕ ਪਾਈਆ ਭੁੱਕੀ ਰਿਕਸ਼ੇ ਵਾਲੇ ਕੋਲ ਹੋਵੇ, ਪੁਲਿਸ ਲੱਭ ਲੈਂਦੀ ਆ। ਮੈਂ ਤਾਂ ਇਹ ਹੈਰਾਨ ਹਾਂ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜਾ ਸਾਡਾ ਇਸ਼ਟ, ਸਾਡਾ ਹੀ ਨਹੀਂ ਇਕੱਲਿਆਂ ਦਾ, ਸਮੁੱਚੀ ਮਨੁੱਖਤਾ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਸ਼ਟ ਨੇ। ਜਿਹੜੇ ਪੰਥਕ ਸਰਕਾਰ ਆਪਣੇ ਆਪ ਨੂੰ ਕਹਾਉਂਦੀ ਆ, ਉਹ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਚੋਰੀ ਹੋ ਗਏ, ਉਹ ਅੱਜ ਤੱਕ ਉਹਨਾਂ ਦੇ ਚੋਰਾਂ ਨੂੰ ਨਹੀਂ ਲੱਭ ਸਕੇ। ਉਸ ਤੋਂ ਬਾਅਦ ਜਦੋਂ ਅਸੀਂ ਇਨਸਾਫ ਮੰਗਣ ਲੱਗੇ, ਸਾਡੇ 'ਤੇ ਵਿਛਾੜਾ ਪਾਣੀ ਦੀਆਂ ਵੀ ਪਈਆਂ, ਸਾਡੇ 'ਤੇ ਗੋਲੀਆਂ ਵੀ ਚੱਲੀਆਂ, ਸਾਡੇ ਸਿੰਘ ਵੀ ਸ਼ਹੀਦ ਹੋਏ, ਅਸੀਂ ਜੇਲ੍ਹਾਂ ਵੀ ਕੱਟੀਆਂ, ਅਸੀਂ ਕੁੱਟਾਂ ਵੀ ਖਾਧੀਆਂ, ਪਰ ਅਜੇ ਤੱਕ ਸਾਨੂੰ ਇਨਸਾਫ ਦੀ ਜਿਹੜੀ ਕਿਰਨ ਆ ਉਹ ਨਜ਼ਰ ਨਹੀਂ ਆਈ। ਅਸੀਂ ਇਸ ਕਰਕੇ ਸਰਦਾਰ ਢੀਂਡਸਾ ਦਾ ਸਾਥ ਦੇ ਰਹੇ ਹਾਂ ਕਿ ਸਰਦਾਰ ਢੀਂਡਸਾ ਬੇਦਖ ਸ਼ਖਸੀਅਤ ਨੇ, ਅਤੇ ਉਹਨਾਂ ਨੇ ਜਿਹੜੇ ਉਹਨਾਂ ਵੱਲ ਕੋਈ ਉਂਗਲੀ ਨਹੀਂ ਇੱਦਾਂ ਦੀ ਉੱਠਦੀ ਕਿ ਜਿਹੜੀ ਕੋਈ ਭ੍ਰਿਸ਼ਟਾਚਾਰ ਦੀ ਹੋਵੇ, ਕੋਈ ਹੋਰ ਹੋਵੇ, ਉਹ ਗੁਰਸਿੱਖ ਨੇ, ਟਕਸਾਲੀ ਨੇ, ਅਕਾਲੀ ਨੇ। ਇਸ ਕਰਕੇ ਅਸੀਂ ਸਾਰੇ ਅਕਾਲੀ, ਇੱਕ ਸੋਚ ਵਾਲੇ ਅਕਾਲੀ, ਪੁਰਾਤਨ ਜਿਹੜੀ ਸੋਚ ਸੀ 1920 ਵਾਲੀ ਅਕਾਲੀ ਦਲ ਨੂੰ ਇਕੱਤਰ ਕਰਕੇ ਅਸੀਂ ਇਹ ਜਿਹੜੀ ਲੜਾਈ ਹੈ, ਇਹ ਕੋਈ ਪਰਿਵਾਰ ਦੇ ਖਿਲਾਫ ਸਾਡੀ ਲੜਾਈ ਹੈ, ਸਾਡੀ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ, ਸਾਡੀ ਜਿਹੜੀ ਦੁਸ਼ਮਣੀ ਸਿਧਾਂਤਾਂ ਨਾਲ ਹੈ। ਅੱਜ ਅਕਾਲ ਤਖਤ ਸਾਹਿਬ ਉਹਨਾਂ ਨੇ ਨਿੱਜੀ ਆਪਣੀ ਜਗੀਰ ਬਣਾ ਲਿਆ, ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜਗੀਰ ਬਣਾ ਲਿਆ, ਸ਼੍ਰੋਮਣੀ ਕਮੇਟੀ ਉਹਨਾਂ ਨੇ ਆਪਣੀ ਦਾਦੇ ਲਾਹੀ ਜਗੀਰ ਬਣਾ ਲਈ, ਅਸੀਂ ਉਹਨੂੰ ਬਹਾਲ ਕਰਾਉਣ ਵਾਸਤੇ ਸਾਰੇ ਇਕੱਤਰ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਅਸੀਂ ਇਕੱਤਰ ਹੋ ਕੇ ਦਿਨ ਰਾਤ ਲੜਾਈ ਕਰਕੇ ਅਸੀਂ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਮਹੰਤ ਬਣਾ ਦਿਆਂਗੇ ਉਸ ਡੇਰੇ ਦਾ, ਜਿਹੜੇ ਡੇਰੇ ਦਾ ਉਹ ਮਹਿਤੀ ਹੈ, ਜਿੱਥੇ ਉਹ ਆਪਣੇ ਬਣਾ ਕੇ ਭੇਜਦਾ, ਆਪਣੇ ਪੁਸ਼ਾਕਾਂ ਬਣਾ ਕੇ ਜਿਹੜੇ ਡੇਰੇ ਨੂੰ ਭੇਟ ਕਰਦਾ, ਅਸੀਂ ਉਹਨੂੰ ਉਸ ਡੇਰੇ ਦਾ ਮਹੰਤ ਬਣਨ ਵਾਸਤੇ ਮਜਬੂਰ ਕਰ ਦਿਆਂਗੇ। ਥੋੜ੍ਹੇ ਦਿਨਾਂ ਦੇ ਵਿੱਚ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਡਾ ਕਾਫਲਾ, ਹਰ ਦਿਨ ਹਰ ਰਾਤ ਵੱਡਾ ਕਾਫਲਾ ਬਣਦਾ ਜਾ ਰਿਹਾ, ਕਿਉਂਕਿ ਸੱਚ ਨੂੰ ਸੂਰਜ ਨਹੀਂ ਲਗਾ ਸਕਦਾ। ਜਿਹੜਾ ਸੱਚ ਹੈ, ਸੂਰਜ ਦੀ ਚਮਕ ਨਹੀਂ ਲੁੱਕ ਇੱਕ ਬਦਲੀ ਨਹੀਂ ਲਗਾ ਸਕਦੀ, ਇਸੇ ਤਰ੍ਹਾਂ ਸੱਚ ਨੂੰ ਕੋਈ ਲਗਾ ਨਹੀਂ ਸਕਦਾ। ਸੱਚ ਪ੍ਰਤੱਖ ਹੈ ਅਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਡੇ ਸਿਰ 'ਤੇ ਹੱਥ ਹੈ, ਅਸੀਂ ਉਹਦੀ ਓਟ 'ਤੇ ਆਸਰਾ ਲੈ ਕੇ ਹਰੇਕ ਜਿਸ ਤਰ੍ਹਾਂ ਸਾਡੀ ਪਾਰਟੀ ਦਾ ਹਾਈ ਕਮਾਂਡ ਦਾ ਹੁਕਮ ਹੋਏਗਾ, ਉਸ ਤਰ੍ਹਾਂ ਅਸੀਂ ਦਿਨ ਰਾਤ ਮਿਹਨਤ ਕਰਕੇ ਅਸੀਂ 1978 ਤੋਂ ਘਰੋਂ ਜੁੱਤੀ ਪਾ ਕੇ ਲਾ ਕੇ ਨਿਕਲੇ ਹੋਏ ਹਾਂ, ਮੋਢੇ 'ਤੇ ਖਸ਼ਹਿਰਾ ਧਰ ਕੇ ਅੱਜ ਵੀ ਇਸੇ ਤਰ੍ਹਾਂ ਦਿਨ ਰਾਤ ਕੰਮ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਮਾਣ ਵਿੱਚ 31 ਸਾਲ ਸਾਡੀ ਸੇਵਾ, ਸਾਰਿਆਂ ਨੂੰ ਤੁਹਾਨੂੰ ਪਤਾ 31 ਸਾਲ ਅਸੀਂ ਕੰਮ ਕੀਤਾ, 2 ਇਲੈਕਸ਼ਨ ਇੱਥੇ ਐਸ ਜੀ ਪੀ ਦੇ ਵੀ ਤੁਹਾਡੇ ਸਾਹਮਣੇ ਲੜੇ ਨੇ, ਸਰਦਾਰ ਕੁਲਵੰਤ ਸਿੰਘ ਮੇਰੇ ਨਾਲ ਖੜੇ ਨੇ, ਇਹਨਾਂ ਨੇ ਵੀ ਇੱਥੇ ਇਲੈਕਸ਼ਨ ਆਪਣਾ ਲੜਿਆ, ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ। ਇਸੇ ਤਰ੍ਹਾਂ ਅਸੀਂ ਸਾਰੇ ਇਕੱਠੇ ਹੋ ਕੇ ਅੱਜ 31 ਸਿੰਘਾਂ ਨੇ ਮੇਰੇ ਨਾਲ, ਜਿਹੜੇ 31 ਮੇਰੇ ਸੋਚ ਵਾਲੇ ਮੇਰੇ ਬੰਦੇ ਸੀ ਮੇਰੇ ਨਾਲ, 31 ਸਿੰਘਾਂ ਦੀ ਲਿਸਟ ਮੈਂ ਦਿੱਤੀ ਆ ਪਾਰਟੀ ਨੂੰ, 31 ਸਿੰਘ ਮੇਰੇ ਨਾਲ ਜਿਹੜੇ ਨੇ ਅੱਜ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਕੇ ਦਿਨ ਰਾਤ ਦੇ ਵਿੱਚ ਹੋ ਕੇ ਫੈਸਲਾ ਕਰਨ ਦਾ ਜਿਹੜਾ ਉਹ ਸੀ ਮਤਲਬ ਤਹੀਆ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ। ਛੱਡ ਕੇ ਜੀ ਤਾਂ ਬੜੇ ਲੰਬਾ ਸਮਾਂ ਤੁਸੀਂ ਤਾਂ ਅਕਾਲੀ ਦਲ ਦੇ ਨਾਲ ਰਹੇ, ਅੱਜ ਢੀਂਡਸਾ ਗਰੁੱਪ ਨੂੰ ਜੁਆਇਨ ਕੀਤਾ, ਕਿਵੇਂ ਲੱਗਦਾ ਹੈ? ਤੇ ਮੈਨੂੰ ਜੀ ਇੱਥੇ ਫਰਕ ਆ ਜਿਹੜਾ ਤੁਸੀਂ ਕਹੋ ਮੇਰੇ ਕੋਲ, ਸ਼੍ਰੋਮਣੀ ਅਕਾਲੀ ਦਲ ਜੋ 1920 'ਚ ਬਣਿਆ ਸੀ, ਜਿਹਦੇ ਵਿੱਚ ਹਜ਼ਾਰਾਂ ਲੱਖਾਂ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ, ਲਹੂ ਡੋਲ ਕੇ ਉਹ ਪਾਰਟੀ ਬਣਾਈ 1920 ਦੀ ਸ਼੍ਰੋਮਣੀ ਅਕਾਲੀ ਦਲ। ਅੱਜ ਉਹ ਅਕਾਲੀ ਦਲ ਇੱਕ ਪਰਿਵਾਰਵਾਦ ਦੇ ਘੇਰੇ ਵਿੱਚ ਆ ਕੇ ਰਹਿ ਗਿਆ, ਜੱਗ ਜਾਣ ਦਾ ਕੋਈ ਮੈਂ ਅਨੋਖੀ ਗੱਲ ਨਹੀਂ ਦੱਸ ਰਿਹਾ ਕਿ ਜ਼ਿੰਦਗੀ ਵਿੱਚ ਕਿਤੇ ਤੁਸੀਂ ਸੁਣਿਆ ਕਿ ਸਾਰੇ ਅਹੁਦੇ ਜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਮੁੱਖ ਮੰਤਰੀ,
डिप्टी मुख्यमंत्री रेवन्यू मंत्री सेंट्रल जमीन मंत्री नतीजा मंत्री जवाई मंत्री परिवार चो बहर कोई चीज़ जान ही नहीं दी। अकाली दल कि सिद्धांत से बनया सी? अकाली दल इस करके बनया सी कि सिख कौम के मसलों हल कर सके और गुरधामों की सेवा संभाल बनया सी। लेकिन अज की हो रहा, असी गुरु ग्रंथ तो गुरु पंथ को अगे रख के चले सी। सरप्रकाश सिंह बादल बार बार एको गल कहते हैं जिते भी जाने ने कि पंजाब मैनू कीड़ी तुरी जाती दिसदी है, मेरे ते भी यह ना महसूस करो कि मैं किसी को देख नहीं सकता। तुहाडे सामने गुरु ग्रंथ साहब की बेरुमती हो रही है और दीवारा जिहड़े पोस्टर लागे ने कि थोड़ा बाप असी चक लिया, थोड़े जो हिम्मत है तो लै जाओ वापस। उदू बाद 17 महीने तक साड़ी सरकार चलती है लेकिन कोई एक्शन नहीं। फिर वो सिट बनाती दी जाती है जोरा सिंह की, उन्हें आपकी रिपोर्ट सौंप दी, उन्होंने उन्होंने दोषियों ने ना लेते। लेकिन वो सिट पता की किया उसका किसी ने रिसीव ही नहीं की। वह जोरा सिंह 2 घंटे CM साहब के दफ्तर में बैठ के आ गया तो वो उत रख के मत्था टेके आ गया भी जिन्होंने लोड़ा चक लियो, मैं आपका कम नभाता दसता। उस तो बाद जस्टिस रणजीत सिंह की बनती है। जस्टिस रणजीत सिंह की जी सिट बनी उन्हें भी डिटो उ गल कही जो सर जोरा सिंह ने कही, किसी सिट का कोई रिजल्ट नहीं लिखण दिता, बल्कि उल्टा जो कुछ करना चाहिए सी। सर थोड़े सामने अपने शहर के भी किसान यूनियन टीचर यूनियन और बिजली मुलाजम बहुत सारे जथेबंदियां धरने देंदे ने, आप भी देंदे रहे हैं, चौंका भी देंदे रहे हैं, रेल गड्डियां रोकते रहे हैं, कितने किसी ने अज तक पानी की पछाड़ भी मारी। बाकी वो तो वह गल कहते कि ट्रैफिक डिगनी है GT रोड आ, तुम एक साइड पर कर लो, इन्हें कहते सी। लेकिन गोली नहीं चली और डंडा किसी ने डंडा नहीं मारिया। साड़ी सरकार में सिख 2 टाइम अरदास करके कहता कि आज्ञा भई अकाल की तभी चलायो पंथ, सब सिखण को हुक्म है गुरु मान्यो ग्रंथ। असी साडा बापू दे साडे बाप दे तू मेरा पिता तू मेरा माता तू मेरा बंध। असी सिखिज़म दे विच असी ये कहने हैं गल और मनते हैं कि दुनिया के तख्त तो जो कोई बड़ा तख्त है वह श्री अकाल तख्त साहब हद करती इन्होंने, उन्होंने भी एक आपका एक परिवार के बिजनेस का अंग समझ लिया पालिया भी ये करतूत क्यों की, वो तो इतने आया नहीं साथ तो आया ही नहीं। और एक होर गल दसा उन्हें माफ़ी भी नहीं मंगी, माफ़ी का शब्द भी अकाल तख्त से बैठ के लिखा गया और फिर वापस ले ली। हम दसो तुम ये अकाल तख्त साहब का जत्थेदार की गल है काके जी मैंने गल पूरी खोल। और मैं इन्ना कहना चाहना कि कौम नू उड़ीक सी किसी एक अजिहे आदमी की जिहड़ा जिहदे अक्स ते कोई दाग ना होवे, जिहड़ा कौम की योग अगवाई कर सके और जिहड़ा परख्या होवे। और उस दी थां ते सर सुखदेव सिंह जी ढींसा प्रधान श्रोमणी अकाली दल ने उन्होंने ललकार मारी कि आओ जे गुरु की उपलब्धि का हिसाब किताब लैना, आओ जे अकाल तख्त साहब की मर्यादा बहाल करनी है, आओ जेकर 1920 वाला अकाली दल मुड़ सुरजीत करना तो मेरा साथ दो। अज तुसी दसो जिहड़े लोग मेरे ते क्वेश्चन करते सी, साढ़े 3 पुश्तां मेरे दादा जी मेरे बाप मैं श्रोमणी अकाली दल साढ़े जो 100 साल का इतिहास आ 80 साल साढ़े बनते हैं। इस करके अज तुसी देखते हो जिवें अज खन्ने विच 2-3 प्रोग्राम ने, लोग धड़ाधड़ श्रोमणी अकाली दल शामिल हो रहे हैं तो होंगे रहेंगे। हाँ जी तरुण जी साहब, एक जिमें कल उन्हें बैठक रखी थी श्रोमणी अकाली दल के जो पुराने वर्कर ने जाग सिंह जादू सिंह होनी खड़े उन्होंने ग्रुप ने, उन्होंने कहा कि तलवंडी जिहड़ा है कौम का गदार है, साड़ी पार्टी का गदार है, जिन्हें सानू गदार दस्सिया, लेकिन अज जिहड़ा है उन्होंने पुछो कि वो गुरु घर चढ़ के गल कह के उन्होंने कदे श्रोमणी अकाली दल की मदद की हो? अकाली नहीं, वह राजपूत ने
जिसी का राज उसके बूथ अज एम सी च की हो रहे म्यूनसिपल कारपोरेशन च महीने दिते जा रहे हैं और उन्होंने विरुद्ध मैं पांच सफ़ेयां दी चिट्ठी प्रधान श्रोमणी अकाली दल मैं रिलीज करूँगा वो लिख के दिती कि इन लोगों ने मेरे नाल गद्दारी की इलेक्शन दे विच मेरिया गड्डियों में चढ़ के मेरे विरुद्ध भुगते ने तुसी एक्शन लो कोई एक्शन नहीं लिया गया बल्कि उन्होंने थापी देने दे अहुदे दिते गए ये तो हाल ये अकाली कौन देने आपके आप उन्होंने बारे मैं कहने की कोई लड़ नहीं थक जाने इस गल की यही कारण है भी श्रोमणी अकाली दल छड़ गए ना जी ना मेरा बिल्कुल कोई सियासी मंतव नहीं ना मैं लोह पुरश जथा जगदेव सिंह तलवंडी मेरे दादा जी बाबा छांगा सिंह जी नालों एक लख वारी जन्म लैके भी वो ना नहीं कमा सकता सो उन्होंने दित्तियां खा रहे हैं मेरा एको मकसद से लोग मैनू मेहने मारते जिवें तुसीं इह गल कही है कि तुसीं लोह पुरश जी ला दो तुसीं इह मसंदा च बैठे की करते हो मैं मेरे मन की बात साढ़े तड़पना सी मैं भी आपदे आपनू दोषी गुनाहगार मानता सी कि इन्हां दे नाल बैठा कोई कोई गल नहीं कर सकते कोई सुनवाई नहीं होंगी इस करके मैं साथ देना थोड़ा सर लास्ट जरा है पांच साल थोड़े नाल जिहड़े मोढ़े नाल मोढ़ा लग के शहर के खन्ने के लोग जिन्होंने थोड़े को बहुत ज़्यादा काम भी कराए अज जो पार्टी बदलने की गल आई तो उन्होंने कल बयान भी दते ने कि असं जो हैं पुरानी पार्टी के नाल हैं पुरानी पार्टी साड़ी माँ है वो नाल असं जो है हमेशा खड़े रहा इन्हों का कोई माँ नहीं इन्हों का कोई प्यो नहीं गुरबाणी की एक प्रवचन पंक्ति है गुरबाणी की जड़े इस तरह के लोग ने जे को मुश्किल अत्म ने ढोई कोई न दे लागू होए ना दुश्मना साख भी भज खड़े ये तो उन्हें तो ने यह गुरु घर तो लैके हूँ तक होंगी आ रही है कोई नवी गल नहीं है हूँ इलेक्शन जड़े ने कि तलवंडी जरा है नवी पार्टी जो इलेक्शन लड़ूगा अजे कोई इलेक्शन की गल नहीं हो रही असी सिद्धांत की लड़ाई लड़ रहे हैं और इसका काफिला बढ़ा रहे हैं दिनों दिन थोड़े सामने बढ़ रहा है और मैं इन्हें यकीन दुखा कि मैं छटा खन्ना छट के जाने वाला नहीं म्यूनसिपल कमेटी की इलेक्शन आ रही है इतने बैठ के लड़ूंगा कैंडीडेट खड़े करूँगा मोदा साहब की फिल्म जी एम एस सी सी चलाने अक्षय कुमार के घर किमें बैठ के सौदे हुए और सौदे के तहत जिथे वो फिल्म का पोस्टर लगे हों उस पोस्टर के सामने दो सिपाही एक हौलदार ड्यूटी होंगे सी कि पोस्टर उन्होंने कोई पाड़ जाए जो असी गुरु ग्रंथ साहब की गल करनी चाही सानू मिलिया कि गोलियां इंसाफ की बजाय गोलियां मिलियां साहब प्रकाश सिंह बादल सिखनी साहब सुखबीर सिंह बादल सिखनी और रखे और मीटिंग रखी है क्या ज्वाइनिंग है कि बंद देखो अज सर जस्सा सिंह होरी गुरबंत सिंह होरी इन्हों बहुत सारे साथी साढ़े नाल ज्वाइन किया अज इस तरह का हड़ आ रहा कि जोड़े पंथक दर्दी ने वो सारे के सारे चाहे वह किसी भी पहला किसी नाल भी किसी भी ख्याल के सीगे वो अज श्रोमणी अकाली दल क्यों आने लगे ने क्योंकि श्रोमणी अकाली दल ने फैसला किया कि असी पुराने जोश जिन्ना मकसद लई जां जिन्ना सिद्धांतों लई श्रोमणी अकाली दल बनया सी 1920 उस तरह ही असी कोशिश करांगे कि उस तरह श्रोमणी अकाली दल नूं ऐसी पार्टी बनाइए जिहड़ी पंथक होवेगी और सारियां धर्मां दे कौमां दे लोकां नूं भी नाल लैके चलेगी समुचे पंजाबियां नूं भी नाल लैके चलेगी और सारे अज चाहे फैडरेशन सी जिवें तलवंडी साहब ने दस्सिया वो फैडरेशन दे सारे प्रधान से जिहड़े उह साडे नाल जॉइन कर गए इस तरह कल नूं जिहड़े यूनाइटेड अकाली दल सी जिहड़े किसी टाइम संत पिंडरवाले दे नाल रहे ने उन्होंने यूनाइटेड अकाली दल बनाया सी वो एक ग्रुप वाले साढ़े नाल कल लड़ रहे हैं और इस तरह जम्मू की जिन्ना भी यूनिट है उन्होंने साढ़े नाल कर दिता और जम्मू नहीं कली बल्कि दिल्ली में गया उत्थे हरियाणे वाले वो टाइम मंग रहे हैं कि छेती सानू आ करोना करके मुश्किल हो रही है होया कल जथेदार रणजीत सिंह तलवंडिया तुहाड़े सामने है अज पेपर तुसीं पढ़ ही लिया कि बहुत बड़े उत्साह नाल इन्हां ने ज्वाइन किया क्योंकि तलवंडी साहब का परिवार है जिहड़ा ये कई पुश्तों तो श्रोमणी अकाली दल का परिवार है और जथेदार जगदेव सिंह तलवंडी का लोह पुरश के तौर पर जाने जाते रहे हैं इस करके इन्हां नाल आउण नाल भी साडा पहला गरचा ब्रदर खड़े ने इन्हां ने शुरुआत की लुधियाने
ਉੱਥੇ ਇਹਨਾਂ ਨੇ ਆ ਕੇ ਜੁਆਇਨ ਕੀਤਾ। ਇਹਨਾਂ ਨਾਲ ਵੀ ਬੜਾ ਵੱਡਾ ਇਕੱਠ ਸੀ ਉਸ ਦਿਨ, ਅਤੇ ਉਹਨਾਂ ਨੇ ਜੁਆਇਨ ਕੀਤਾ ਸੀ। ਇਸ ਤਰ੍ਹਾਂ ਸਾਰੇ ਹੜ ਆ ਰਹੇ, ਔਰ ਆਹਿਸਤਾ ਆਹਿਸਤਾ ਲੋਕ ਜੁੜ ਰਹੇ ਨੇ, ਚਾਹੇ ਉਹਨਾਂ ਦਾ ਕੋਈ ਪਿੱਛੇ ਕਿਸੇ ਨਾਲ ਕੋਈ ਹੋ ਰਿਹਾ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਤਕੜਾ ਕਰਨਾ ਚਾਹੁੰਦੇ ਹੈ। ਉਸ ਲਈ ਸਾਰੇ ਦੇ ਸਾਰੇ ਸਾਡੇ ਨਾਲ ਜੁਆਇਨ ਕਰ ਰਹੇ ਨੇ। ਔਰ ਮੈਂ ਸਮਝਦਾ ਕਿ ਮਹੀਨਾ ਤਾਂ ਜੇ ਕਿਤੇ ਕਰੋਨਾ ਨਾ ਹੁੰਦਾ ਤਾਂ 20-50 ਹਜ਼ਾਰ ਦੇ ਇਕੱਠਾਂ ਵਿੱਚ ਹੋਣਾ ਸੀ ਜੁਆਇਨ, ਪਰ ਇਹਨਾਂ ਨੇ ਗੁੰਡਾ ਕਰਕੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਨੇ, ਔਰ ਉਹਨਾਂ ਦੀਆਂ ਪਾਲਣਾ ਵੀ ਅਸੀਂ ਕਰਦੇ ਸਰਕਾਰ ਦੀਆਂ ਹਦਾਇਤਾਂ ਤੋਂ ਵੀ, ਤਾਂ ਕਿ ਦੂਰ ਦੂਰ ਅਸੀਂ ਅੱਜ ਵੀ ਦੇਖਿਆ ਤੁਸੀਂ ਥੋੜ੍ਹੇ ਬੰਦੇ ਬੁਲਾਏ, ਇਹਨਾਂ ਨੂੰ ਕਿਹਾ ਵੀ ਥੋੜ੍ਹੇ ਬੰਦੇ ਬੁਲਾਇਓ, ਬਹੁਤੇ ਬੰਦੇ ਨਾਲ ਬੁਲਾਇਓ, ਤਾਂ ਕਿ ਸਰਕਾਰ ਦਾ ਜੋ ਹੈ ਉਹ ਗੱਲ ਵੀ ਠੀਕ ਹੈ ਉਹਨਾਂ ਦੀ ਕਿ ਕਰੋਨਾ ਤੋਂ ਬਚੋ ਬਚਣ ਲਈ ਦੂਰ ਦੂਰ ਰਹਿਣਾ, ਮੂੰਹ ਦੇ ਉੱਪਰ ਢਾਕੇ ਰੱਖਣਾ ਇਹ ਜ਼ਰੂਰੀ ਨੇ। ਇਸ ਕਰਕੇ ਅਸੀਂ ਸਾਰਿਆਂ ਨੇ ਉਸਦੀ ਪਾਲਣਾ ਵੀ ਕੀਤੀ ਹੈ, ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਇਕੱਠੇ ਹੋ ਕੇ ਚਾਹੇ ਕਿਸੇ ਵੀ ਸੋਚ ਦੇ ਬੰਦੇ ਸੀ ਉਹਨਾਂ ਨਾਲ ਸੋਚ ਕੇ ਚੱਲਾਂਗੇ। ਸ਼੍ਰੋਮਣੀ ਅਕਾਲੀ ਦਲ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇੱਕ ਨਹੀਂ ਹੋਏ 267 ਸਰੂਪਾਂ ਦੇ ਨਹੀਂ ਪਤਾ, ਅਸੀਂ ਤਾਂ ਇੱਕ ਇੱਕ ਲਈ ਲੜਾਈ ਲੜ ਰਹੇ ਹਾਂ ਨਾ ਕਿ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਹੁਣ 267 ਦੇ ਨਹੀਂ ਪਤਾ, ਉਹਨਾਂ ਦੀ ਪਤਾ ਨਹੀਂ ਕਿੱਥੇ ਕਿੱਥੇ ਬੇਅਦਬੀ ਹੋਈ ਹੋਣੀ ਹੈ। ਇਸ ਕਰਕੇ ਸਾਰੇ ਉਹਨਾਂ ਦਾ ਸਭ ਤੋਂ ਵੱਡਾ ਗੱਲ ਸਿੱਖਾਂ ਦੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ 'ਚ ਆਸਥਾ ਬਹੁਤ ਦੁਨੀਆ ਰੱਖਦੀ ਹੈ, ਬਹੁਤ ਲੋਕ ਧਰਮ ਚਾਹੇ ਕਿੱਥੇ ਦੇ ਹੋਣ ਉਹ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦੇ ਆ, ਕਿਉਂਕਿ ਹਰ ਧਰਮ ਦਾ ਜਿਹੜੇ ਭਗਤਾਂ ਦੀ ਬਾਣੀ ਉਹਦੇ ਵਿੱਚ ਦਰਜ ਹੈ, ਅਤੇ ਗੁਰੂ ਮੰਨਦੇ ਆ ਸਿੱਖ 36 ਮਹਾਂਪੁਰਸ਼ਾਂ ਦੀ ਨੂੰ। ਸਰ, ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਜਿਹੜੀ ਤੁਸੀਂ ਪਾਰਟੀ ਬਣਾਈ ਹੈ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਉਹ ਇਹਨੂੰ ਨੁਕਸਾਨ ਹੋਊਗਾ? ਨਹੀਂ, ਕੋਈ ਉਹਨਾਂ ਮੇਰੀ ਗੱਲ ਸੁਣੋ, ਉਹਨੂੰ ਤਾਂ ਕੋਈ ਮੂੰਹ ਹੀ ਨਹੀਂ ਲਾਉਣਾ ਚਾਹੁੰਦਾ, ਜੋ ਕੁਛ ਬਾਦਲ ਅਕਾਲੀ ਦਲ ਨਾਲ ਹੋ ਰਿਹਾ ਉਹਨੂੰ ਕੋਈ ਮੂੰਹ ਲਾਉਂਦਾ, ਕੋਈ ਚੜ੍ਹੇ ਉਹਨਾਂ ਨਾਲ ਮੁੜ ਕੇ ਚੜ੍ਹਿਆ ਕੋਈ, ਸਾਰੇ ਉੱਤਰ ਹੀ ਜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਜੋ ਕੁਛ ਬਾਦਲਾਂ ਨੇ ਕੀਤਾ ਹੈ, ਜੋ ਕਰ ਰਹੇ ਨੇ ਉਹਦੇ ਨਾਲ ਕੋਈ ਜਾਣ ਨੂੰ ਤਿਆਰ। ਦੇਖੋ, ਬਹਿਬਲ ਕਲਾਂ ਕਾਂਡ ਦਾ ਇੰਨਾ ਉਹਦਾ ਕਹਿੰਦੇ ਵੀ ਸਰਕਾਰ ਉਹਨਾਂ ਦੀ ਸੀ, ਇਸ ਕਰਕੇ ਉਹਨਾਂ ਨੂੰ ਐਕਸ਼ਨ ਕਹਿੰਦੇ। ਹੁਣ ਤਾਂ ਬਹਿਬਲ ਕਲਾਂ ਤਾਂ ਅਦਾਲਤ ਜਾਊਗੀ, ਹੁਣ ਪਤਾ ਲੱਗੂਗਾ ਵੀ ਕਿੰਨਾ ਹੈ। ਅਸੀਂ ਕਹਿੰਦੇ ਵੀ ਇਨਸਾਫ ਮਿਲਣਾ ਚਾਹੀਦਾ। ਉਸ ਟਾਈਮ ਤੁਸੀਂ ਵੀ ਤਾਂ ਤੁਹਾਡਾ ਬੇਟਾ ਮੰਤਰੀ ਸੀਗਾ ਸਰਕਾਰ ਦੇ ਵਿੱਚ, ਫਿਰ ਸਰਕਾਰ ਨੇ ਤਾਂ ਕੁਛ ਨਹੀਂ ਉਹਦਾ ਕੀਤਾ, ਜਿਵੇਂ ਦੱਸਿਆ ਕਿਸੇ ਨੂੰ ਦੱਸਿਆ ਹੀ ਨਹੀਂ, ਮੈਂ ਵੀ ਉਹਦੇ ਵਿੱਚ ਸੀ, ਸਾਨੂੰ ਨਹੀਂ ਦੱਸਿਆ। ਕਿੰਨਾ ਸਾਹਿਬ, ਤੁਸੀਂ ਜੋ ਹੁਣ ਗੱਲ ਕੀਤੀ ਹੈ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚੋਂ ਬਦਲਾਅ ਸਫਾਇਆ ਕਰਕੇ ਦੁਆਰਾ ਆਪਣੇ ਸਾਫ ਐਕਸਟਰਾ ਬੰਦੇ ਪੇਸ਼ ਕਰਾਂਗੇ, ਇਸ ਗੱਲ ਦੀ ਕੀ ਗਰੰਟੀ ਹੈ, ਇਸ ਗੱਲ ਦੀ ਸਿੱਖੀ ਵਿਸ਼ਵਾਸ ਦਿਵਾਓਗੇ ਕਿ ਵਾਕਈ ਜਿਹੜਾ ਪ੍ਰਸ਼ਾਸਨ? ਅਸੀਂ ਬਹੁਤ ਸਾਰੇ ਟੈਲੀਵਿਜ਼ਨ ਟੈਲੀਵਿਜ਼ਨ ਚੈਨਲਾਂ ਦੇ, ਚਾਹੇ ਦੇਸ਼ ਦੇ ਵਿਦੇਸ਼ ਦੇ ਨੇ, ਸਭ ਤੋਂ ਯਕੀਨ ਦਵਾਇਆ ਕਿ ਅਸੀਂ ਬਿਲਕੁਲ ਹੀ 2-3 ਗੱਲਾਂ ਜਿਹੜੀਆਂ ਕਰਨੀਆਂ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਾ ਕਰਨ ਦਾ ਕੋਸ਼ਿਸ਼ ਕਰਾਂਗੇ। ਜੋ ਘਪਲੇ ਹੋਏ ਨੇ, ਹੋਰ ਹੋਏ ਨੇ, ਉਹਨਾਂ ਦਾ ਜਦੋਂ ਸਾਨੂੰ ਲੋਕਾਂ ਨੇ ਮੌਕਾ ਦਿੱਤਾ, ਉਹਨਾਂ ਦਾ ਦੁੱਧ ਅਤੇ ਦੁੱਧ ਅਤੇ ਪਾਣੀ ਦਾ ਪਾਣੀ ਖਾ। ਇੱਦਾਂ ਤਾਂ ਨਹੀਂ ਹੋਏਗਾ ਵੀ ਬਾਦਲ ਸਾਹਿਬ ਨੂੰ ਲਾ ਕੇ ਉਸ ਤੋਂ ਬਾਅਦ ਢੀਠਾ ਪਰਿਵਾਰ ਦਾ ਕਬਜ਼ਾ ਹੋ ਜਾਵੇ ਸ਼੍ਰੋਮਣੀ ਕਮੇਟੀ? ਮੈਂ ਤਾਂ ਕੋਈ ਲੜੀ ਨਹੀਂ ਰਿਹਾ, ਮੈਂ ਤਾਂ ਕਹਿ ਦਊਂ ਵੀ ਨਾ ਮੈਂ ਸ਼੍ਰੋਮਣੀ ਕਮੇਟੀ ਲੜਾਂ, ਨਾ ਮੈਂ MLA ਦੀ ਲੜਾਂ, ਨਾ ਮੈਂ MP ਦੀ ਲੜਾਂ। ਤੁਹਾਡੀ ਇਸ ਪਾਰਟੀ ਵਿੱਚ ਅੱਜ ਯੂਥ ਕੋਈ ਸ਼ਾਮਿਲ ਨਹੀਂ ਹੋਇਆ, ਯੂਥ ਨੂੰ ਕਿਵੇਂ ਨਾਲ ਜੋੜੋਗੇ? ਯੂਥ ਨੂੰ ਤੁਸੀਂ ਦੇਖੋਗੇ, ਹੁਣ ਸਾਡਾ ਧਿਆਨ ਹੀ ਯੂਥ ਵੱਲ ਹੈ, ਅਸੀਂ ਯੂਥ ਨੂੰ ਕਹਿ ਰਹੇ ਹਾਂ ਕਿ ਤੁਹਾਡਾ ਪੰਜਾਬ ਗਾਇਬ ਬਰਬਾਦ ਹੋ ਰਿਹਾ, ਆਓ ਇਕੱਠੇ ਹੋ ਕੇ ਲੜੀਏ, ਹੁਣ ਸਾਡਾ ਧਿਆਨ ਯੂਥ ਵੱਲ ਹੀ ਹੈ, ਅਤੇ ਯੂਥ ਨੂੰ ਅੱਗੇ ਲਾ ਕੇ ਹਲਕੇ ਖੜਦਾ ਇੰਚਾਰਜ ਕਿਉਂ ਲਾਇਆ ਜਾ ਰਿਹਾ? ਅਜੇ ਤੁਸੀਂ ਫਿਰ ਉਹੀ ਗੱਲ ਕਰਦੇ ਹੋ, ਅਜੇ ਤਾਂ ਅਸੀਂ ਕਿਸੇ ਨੂੰ ਇੰਚਾਰਜ ਲਾਏ ਨਹੀਂ, ਪੰਜਾਬ 'ਚ ਨਹੀਂ ਕਿਸੇ ਨੂੰ ਲਾਇਆ, ਅਜੇ ਤਾਂ ਅਸੀਂ ਕਮੇਟੀਆਂ ਬਣਾ ਰਹੇ ਹਾਂ। ਢੀਂਡਸਰ, ਸਭ ਤੋਂ ਪਹਿਲਾਂ ਜਿਹੜੀ ਚੋਣਾਂ ਆ ਰਹੀਆਂ ਨੇ, ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਨੇ, ਕੀ ਤੁਸੀਂ ਇਸ ਵਾਰ ਨਗਰ ਕੌਂਸਲ ਦੇ ਚੁਣਾਵ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਕਰੋਗੇ? ਜ਼ਰੂਰ ਕਰਾਂਗੇ ਜੀ, ਪੋਲੀਟੀਕਲ ਅਸੀਂ ਲੜਾਂਗੇ, ਅਸੀਂ ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਲੜਾਂਗੇ।